ਵਿਆਹ ਵਾਲੇ ਘਰ ਦੇ ਵਿੱਚ ਚੋਰੀ, ਚੋਰ ਆਏ ਦਿਨ ਦਿਹਾੜੇ ਅਲਮਾਰੀ ਤੋੜੀ, ਲੜਕੀ ਦੇ ਸਾਰੇ ਗਹਿਣੇ ਲੈ ਕੇ ਇਹ ਚੋਰ ਫਰਾਰ ਹੋ ਗਏ। ਰਤੀਆ ਦੇ ਨੇੜਲੇ ਪਿੰਡ ਖਾਈ ਦਾ ਪੂਰਾ ਮਾਮਲਾ ਹੈ। 3:12 ਤੇ ਚੋਰ ਘਰ ਦੇ ਵਿੱਚ ਦਾਖਲ ਹੋਏ, 5 ਤੋਲੇ ਸੋਨਾ ਅਤੇ 30 ਤੋਲੇ ਚਾਂਦੀ ਲੈ ਕੇ ਫਰਾਰ ਹੋ ਗਏ। ਔਰ ਇਹਨਾਂ ਦੀਆਂ ਤਸਵੀਰਾਂ CCTV ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। 3:12 ਤੇ ਘਰ ਦੇ ਵਿੱਚ ਵੜੇ, ਅਲਮਾਰੀ ਦੇ ਲੌਕਰ ਤੋੜੇ, 5 ਤੋਲੇ ਸੋਨਾ 30 ਤੋਲੇ ਚਾਂਦੀ ਲੈ ਕੇ ਫਰਾਰ ਹੋ ਗਏ। ਔਰ ਪਰਿਵਾਰ ਇਸ ਵੇਲੇ ਪਰੇਸ਼ਾਨ ਹੈ। ਪੁਲਿਸ ਦੇ ਕੋਲ ਮਾਮਲਾ ਦਰਜ ਕਰਵਾਇਆ ਗਿਆ। ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਅਗਲੇ ਮਹੀਨੇ ਇਸ ਘਰ ਦੇ ਵਿੱਚ ਲੜਕੀ ਦਾ ਵਿਆਹ ਰੱਖਿਆ ਹੋਇਆ ਸੀ, ਪਰ ਉਸ ਤੋਂ ਪਹਿਲਾਂ ਹੀ ਚੋਰਾਂ ਦੇ ਵੱਲੋਂ ਘਰ ਦੇ ਵਿੱਚ ਦਾਖਲ ਹੋ ਕੇ ਲੜਕੀ ਦੇ ਸਾਰੇ ਗਹਿਣੇ ਚੋਰੀ ਕੀਤੇ ਗਏ। ਹਾਲਾਂਕਿ ਬਾਈਕ ਦਾ ਨੰਬਰ ਸਾਫ਼ ਤੌਰ ਤੇ ਨਜ਼ਰ ਨਹੀਂ ਆ ਰਿਹਾ। ਆਖਿਰਕਾਰ ਪੁਲਿਸ ਕਦੋਂ ਇਹਨਾਂ ਨੂੰ ਕਾਬੂ ਕਰੇਗੀ, ਇਹ ਵੀ ਦੇਖਣਾ ਹੋਵੇਗਾ। ਸੋ ਅਗਲੇ ਮਹੀਨੇ ਲੜਕੀ ਦਾ ਵਿਆਹ ਰੱਖਿਆ ਸੀ, ਉਸ ਘਰ ਦੇ ਵਿੱਚ ਹੀ ਚੋਰਾਂ ਦੇ ਵੱਲੋਂ ਚੋਰੀ ਨੂੰ ਅੰਜਾਮ ਦਿੱਤਾ ਗਿਆ। ਲੜਕੀ ਦੇ ਸਾਰੇ ਗਹਿਣੇ ਲੈ ਕੇ ਫਰਾਰ ਹੋਏ ਨੇ। ਔਰ ਇਹਨਾਂ ਦੀਆਂ ਤਸਵੀਰਾਂ CCTV ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਪਿੰਡ ਦੇ ਵਿੱਚ ਵੀ ਇਸ ਵਾਰਦਾਤ ਤੋਂ ਬਾਅਦ ਸਹਿਮ ਦਾ ਮਾਹੌਲ ਬਣਿਆ ਹੋਇਆ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਇਹਨਾਂ ਚੋਰਾਂ ਨੂੰ ਕਾਬੂ ਕਰਦੀ ਹੈ। ਔਰ ਲੜਕੀ ਦੇ ਪਰਿਵਾਰ ਵਾਲੇ ਇਸ ਵੇਲੇ ਪਰੇਸ਼ਾਨ ਨੇ। ਵਿਆਹ ਵਾਲੇ ਘਰ ਦੇ ਵਿੱਚ ਚੋਰੀ, ਚੋਰ ਆਏ ਦਿਨ ਦਿਹਾੜੇ ਅਲਮਾਰੀ ਤੋੜੀ, ਲੜਕੀ ਦੇ ਸਾਰੇ ਗਹਿਣੇ ਲੈ ਕੇ ਇਹ ਚੋਰ ਫਰਾਰ ਹੋ ਗਏ। ਰਤੀਆ ਦੇ ਨੇੜਲੇ ਪਿੰਡ ਖਾਈ ਦਾ ਪੂਰਾ ਮਾਮਲਾ ਹੈ। 3:12 ਤੇ ਚੋਰ ਘਰ ਦੇ ਵਿੱਚ ਦਾਖਲ ਹੋਏ, 5 ਤੋਲੇ ਸੋਨਾ ਅਤੇ 30 ਤੋਲੇ ਚਾਂਦੀ ਲੈ ਕੇ ਫਰਾਰ ਹੋ ਗਏ। ਔਰ ਇਹਨਾਂ ਦੀਆਂ ਤਸਵੀਰਾਂ CCTV ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। 3:12 ਤੇ ਘਰ ਦੇ ਵਿੱਚ ਵੜੇ, ਅਲਮਾਰੀ ਦੇ ਲੌਕਰ ਤੋੜੇ, 5 ਤੋਲੇ ਸੋਨਾ 30 ਤੋਲੇ ਚਾਂਦੀ ਲੈ ਕੇ ਫਰਾਰ ਹੋ ਗਏ। ਔਰ ਪਰਿਵਾਰ ਇਸ ਵੇਲੇ ਪਰੇਸ਼ਾਨ ਹੈ। ਪੁਲਿਸ ਦੇ ਕੋਲ ਮਾਮਲਾ ਦਰਜ ਕਰਵਾਇਆ ਗਿਆ। ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਅਗਲੇ ਮਹੀਨੇ ਇਸ ਘਰ ਦੇ ਵਿੱਚ ਲੜਕੀ ਦਾ ਵਿਆਹ ਰੱਖਿਆ ਹੋਇਆ ਸੀ, ਪਰ ਉਸ ਤੋਂ ਪਹਿਲਾਂ ਹੀ ਚੋਰਾਂ ਦੇ ਵੱਲੋਂ ਘਰ ਦੇ ਵਿੱਚ ਦਾਖਲ ਹੋ ਕੇ ਲੜਕੀ ਦੇ ਸਾਰੇ ਗਹਿਣੇ ਚੋਰੀ ਕੀਤੇ ਗਏ। ਹਾਲਾਂਕਿ ਬਾਈਕ ਦਾ ਨੰਬਰ ਸਾਫ਼ ਤੌਰ ਤੇ ਨਜ਼ਰ ਨਹੀਂ ਆ ਰਿਹਾ। ਆਖਿਰਕਾਰ ਪੁਲਿਸ ਕਦੋਂ ਇਹਨਾਂ ਨੂੰ ਕਾਬੂ ਕਰੇਗੀ, ਇਹ ਵੀ ਦੇਖਣਾ ਹੋਵੇਗਾ। ਸੋ ਅਗਲੇ ਮਹੀਨੇ ਲੜਕੀ ਦਾ ਵਿਆਹ ਰੱਖਿਆ ਸੀ, ਉਸ ਘਰ ਦੇ ਵਿੱਚ ਹੀ ਚੋਰਾਂ ਦੇ ਵੱਲੋਂ ਚੋਰੀ ਨੂੰ ਅੰਜਾਮ ਦਿੱਤਾ ਗਿਆ। ਲੜਕੀ ਦੇ ਸਾਰੇ ਗਹਿਣੇ ਲੈ ਕੇ ਫਰਾਰ ਹੋਏ ਨੇ। ਔਰ ਇਹਨਾਂ ਦੀਆਂ ਤਸਵੀਰਾਂ CCTV ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਪਿੰਡ ਦੇ ਵਿੱਚ ਵੀ ਇਸ ਵਾਰਦਾਤ ਤੋਂ ਬਾਅਦ ਸਹਿਮ ਦਾ ਮਾਹੌਲ ਬਣਿਆ ਹੋਇਆ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਇਹਨਾਂ ਚੋਰਾਂ ਨੂੰ ਕਾਬੂ ਕਰਦੀ ਹੈ। ਔਰ ਲੜਕੀ ਦੇ ਪਰਿਵਾਰ ਵਾਲੇ ਇਸ ਵੇਲੇ ਪਰੇਸ਼ਾਨ ਨੇ।